ਇਹਨਾਂ ਦੇ ਕੰਪਲੈਕਸ ਨੇ, ਇਹਨਾਂ ਨੇ ਐਮਏ ਪੰਜਾਬੀ ਕੀਤੀ ਹੋਈ ਹੈ, ਇਲੈਕਟਿਵ ਪੰਜਾਬੀ ਕੀਤੀ ਹੋਈ ਹੈ, ਆਨਰ ਪੰਜਾਬੀ ਕੀਤੀ ਹੋਈ ਹੈ। ਪੰਜਾਬੀ ਆਨਰ ਕਿਉਂਕਿ ਇਸ ਤੁਸੀਂ ਕੀਤਾ ਹੋਇਆ ਹੈ, ਤੁਹਾਡਾ ਆਨਰ ਜੋ ਹੈ ਮੇਜਰ ਸਬਜੈਕਟ ਬਣ ਰਿਹਾ ਹੈ ਪੰਜਾਬੀ। ਓਕੇ, ਮੇਜਰ ਬਣ ਗਿਆ ਇਹ ਸੇ ਨਾਲ ਤੁਹਾਡਾ, ਕਿਉਂਕਿ SST ਦਾ ਪੋਲੀਟੀਕਲ ਸਾਇੰਸ ਤੁਸੀਂ ਪੜ੍ਹੀ ਹੋਈ ਹੈ। ਪੋਲੀਟੀਕਲ ਸਾਇੰਸ ਕਿੰਨੇ ਸਾਲ ਪੜ੍ਹੀ ਹੈ ਮੈਨੂੰ ਇਹ ਨਹੀਂ ਪਤਾ, ਕਿਉਂਕਿ ਤੁਸੀਂ 1 ਸਾਲ ਪੋਲੀਟੀਕਲ ਸਾਇੰਸ ਪੜ੍ਹੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ। ਤੁਸੀਂ SST ਮੇਜਰ ਸਬਜੈਕਟ ਲੈ ਸਕਦੇ ਹੋ, ਜੋ ਤੁਸੀਂ ਕੁਐਸਚਨ ਪੁੱਛਿਆ ਹੈ, ਸੋਰੀ ਮਾਈਨਰ ਸਬਜੈਕਟ SST ਇਹ ਵਾਲਾ ਹੈ ਨਾ, ਲੈ ਸਕਦੇ ਹੋ। ਮੇਰੇ ਕਾਲਜ ਵਿੱਚ 200 ਸੀਟਾਂ ਨੇ ਔਰ ਇਹ ਪੰਜਾਬੀ ਦੇ ਨਾਲ ਜੇ ਤੁਸੀਂ ਆਉਂਦੇ ਹੋ ਤਾਂ ਨਾਲ ਇਹ ਮਿਲੇਗਾ। ਸੋ ਬਹੁਤ ਘੱਟ ਕਾਲਜਾਂ 'ਚ ਹੈ ਜਿੱਥੇ SST ਮਾਈਨਰ ਸਬਜੈਕਟ ਹੋਏਗਾ, ਇਸ ਲਈ ਤੁਹਾਨੂੰ ਦੇਖਣਾ ਪਏਗਾ, ਥੋੜ੍ਹਾ ਦੂਰ ਜਾਣਾ ਪੈ ਸਕਦਾ ਹੈ, ਤੁਸੀਂ ਰਹਿੰਦੇ ਕਿੱਥੇ ਉਹ ਪਤਾ ਨਹੀਂ ਹੈ। ਪਰ ਤੁਹਾਡਾ ਜਵਾਬ ਇਹ ਹੈ ਕਿ ਮੇਜਰ ਸਬਜੈਕਟ ਪੰਜਾਬੀ ਯੈਸ ਹੈ, ਮਾਈਨਰ ਸਬਜੈਕਟ ਜਿੱਥੇ ਵੀ ਤੁਹਾਡੇ ਨੇੜੇ ਬਣਦਾ ਹੈ ਦੇਖੋ ਉੱਥੇ ਮਿਲ ਜਾਏਗਾ ਤੁਹਾਨੂੰ। ਉਸ ਤੋਂ ਬਾਅਦ ਜੇ ਤੁਸੀਂ ਇਹ ਪੋਲੀਟੀਕਲ ਸਾਇੰਸ 3 ਸਾਲ ਪੜ੍ਹੀ ਹੈ ਐਜ਼ ਇਲੈਕਟਿਵ, 3 ਸਾਲ ਪੜ੍ਹੀ ਹੈ, 3 ਈਅਰਸ, ਓਕੇ, ਫਿਰ ਉਸ ਤੋਂ ਬਾਅਦ ਤੁਹਾਨੂੰ ਹਿਸਟਰੀ ਦੀ ਜਾਂ ਪੋਲੀਟੀਕਲ ਸਾਇੰਸ ਹੈ, ਜੋਗ੍ਰਾਫੀ, ਇਕਨੋਮਿਕਸ ਨਹੀਂ, ਹਿਸਟਰੀ ਦੀ ਹੀ 3 ਸਾਲ ਦੇ ਐਡੀਸ਼ਨਲ ਪੇਪਰ ਦੇਣੇ ਪੈਣਗੇ। ਉਸ ਤੋਂ ਬਾਅਦ ਤੁਸੀਂ ਗੌਰਮੈਂਟ ਜੋਬ ਲਈ ਐਲੀਜੀਬਲ ਹੁੰਦੇ ਹੋ, ਬੇਸ਼ੱਕ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ SST ਦਾ ਕੰਬੀਨੇਸ਼ਨ ਲੈ ਲੈਂਦੇ ਹੋ। ਦੂਸਰਾ ਹੈ ਕਿ ਜੇ ਤੁਸੀਂ ਇਹ 3 ਸਾਲ ਨਹੀਂ ਪੜ੍ਹੀ, 2 ਸਾਲ ਜਾਂ 1 ਸਾਲ ਪੋਲੀਟੀਕਲ ਸਾਇੰਸ ਪੜ੍ਹੀ ਹੈ, ਫਿਰ ਤੁਹਾਨੂੰ 2 ਪੇਪਰ SST ਦੇ BA ਦੇ ਐਡੀਸ਼ਨਲ ਦੇਣੇ ਪੈਣਗੇ, 1 ਪੋਲੀਟੀਕਲ ਸਾਇੰਸ ਅਤੇ 1 ਹਿਸਟਰੀ। ਸੋ ਇਹ ਤੁਹਾਡੇ ਉਹ ਬਣਦੇ ਨੇ। ਦੂਸਰਾ ਹੈ ਮੇਰੇ ਖਿਆਲ ਇੰਗਲਿਸ਼, ਤੁਹਾਡਾ ਹੋਰ ਕੋਈ ਕੰਬੀਨੇਸ਼ਨ ਨਹੀਂ ਬਣਦਾ। ਫਿਜ਼ੀਕਲ ਐਜੂਕੇਸ਼ਨ ਜੈਸ ਬਣਦਾ ਹੈ, ਬਹੁਤ ਘੱਟ ਕਾਲਜ ਹੋਣਗੇ ਜਿੱਥੇ ਲੈਂਗੁਏਜ ਦੇ ਨਾਲ ਫਿਜ਼ੀਕਲ ਐਜੂਕੇਸ਼ਨ ਹੋਏਗੀ। ਮੇਰੇ ਖਿਆਲ 'ਚ ਤੁਹਾਨੂੰ ਪ੍ਰੈਫਰ SST ਕਰ ਲੈਣਾ ਚਾਹੀਦਾ, ਪਰ ਜੇ ਰੁਝਾਨ ਫਿਜ਼ੀਕਲ ਐਜੂਕੇਸ਼ਨ ਵੱਲ ਹੈ, ਮਾਸਟਰੀ ਇੱਧਰ ਜ਼ਿਆਦਾ ਹੈ, ਤਾਂ ਉਹਦੇ ਨਾਲ ਫਿਜ਼ੀਕਲ ਐਜੂਕੇਸ਼ਨ ਲੈ ਸਕਦੇ ਹੋ। ਲੇਕਿਨ ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਵੀ ਘੱਟ ਹੈ, ਪਰ ਫਾਇਦਾ ਇਹ ਹੈ ਕਿ ਫਿਜ਼ੀਕਲ ਐਜੂਕੇਸ਼ਨ ਲਈ ਕੋਈ ਐਡੀਸ਼ਨਲ ਪੇਪਰ ਨਹੀਂ ਦੇਣਾ ਪਏਗਾ, ਡਾਇਰੈਕਟ ਤੁਸੀਂ ਐਲੀਜੀਬਲ ਹੋ ਜਾਓਗੇ। ਸੋ ਤੁਹਾਡੀ ਪ੍ਰੈਫਰਡ ਗਾਈਡੈਂਸ ਹੈ ਕਿ ਲੈਂਗੁਏਜ ਦੇ ਨਾਲ SST ਲੈ ਕੇ ਨਾਲ ਐਡੀਸ਼ਨਲ ਪੇਪਰ ਜ਼ਰੂਰ ਦੇ ਦਿਓ, ਤਾਂ ਜੋ BEd ਕਰਨ ਤੋਂ ਇਮੀਡੀਏਟ ਬਾਅਦ ਤੁਸੀਂ ਗੌਰਮੈਂਟ ਜੋਬ ਲਈ ਐਲੀਜੀਬਲ ਹੋ ਜਾਓ। ਥੈਂਕ ਯੂ।